ਜਿਵੇਂ ਡਿਮਾਂਡਸ ਆਈਆਂ ਨੇ ਉਹ ਬੜੀ ਵੱਡੀ ਚਰਚਾ ਦਾ ਵਿਸ਼ਾ ਬਣੀਆਂ। ਤੁਸੀਂ ਕਿਹਾ ਵੀ ਅੱਜ ਤੱਕ ਜਿਵੇਂ ਆਪਾਂ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਆਏ ਤਾਂ ਕੰਡੈਮ ਨਹੀਂ ਕੀਤਾ ਗਿਆ, ਪਰ ਕੀ ਐਜ਼ ਏ MLA ਇਹ ਸਾਰੀਆਂ ਡਿਮਾਂਡਸ ਰੱਖ ਸਕਦਾ ਆ? ਮੈਂ ਕਹਿੰਦਾ ਵੀ ਆਮ ਦੀ ਗੱਲ ਛੱਡ ਦਿਓ, ਇੱਕ ਉਹ ਪਾਰਟੀ ਜਿਹੜੇ ਵੱਡੇ ਵੱਡੇ ਦਾਅਵੇ ਕਰਦੀ ਹੈ ਇੱਕ ਕਮਰੇ ਮੇ ਰਹੇਗੇ ਆਪਣੀ ਯੇ ਗਾਡੀ ਮੇ ਜਾਏਗੇ, ਉਹ ਪਾਰਟੀ ਜਿਹੜੇ ਆਪਣੇ ਆਪ ਨੂੰ ਬਿਲਕੁਲ ਆਮ, ਉਹ ਐਡੀਆਂ ਵੱਡੀਆਂ ਡਿਮਾਂਡਸ ਪੜ੍ਹ ਕੇ ਲੋਕਾਂ ਦੀ ਅੱਖਾਂ ਭਰ ਰਹੀਆਂ ਪਈਆਂ ਨੇ। ਤੁਸੀਂ ਇਹ ਦੇਖੋ ਕਿ ਇਹ ਜਿਹੜੀ ਹੈਗੀ ਆ ਕੋਠੀਆਂ ਜਿਹੜੀਆਂ ਹਨ ਅਲੋਟ ਹੋਈਆਂ, ਇਹ ਕਿਹਨੇ ਖਾਲੀ ਕੀਤੀਆਂ? ਕਾਂਗਰਸੀ ਵਜ਼ੀਰਾਂ ਨੇ। ਹਾਂ, ਤਾਂ ਕਾਂਗਰਸੀ ਵਜ਼ੀਰ ਵੀ ਆਪਣੀ ਜਿਹੜੀ ਅਯਾਸ਼ੀ ਵਾਸਤੇ ਅਤੇ ਲਗਜ਼ਰੀ ਵਾਸਤੇ ਜਾਣੇ ਜਾਂਦੇ ਆ। ਕਾਲੀਆਂ ਬਾਰੇ ਥੋੜ੍ਹਾ ਜਿਹਾ ਘੱਟ ਹੈ ਜੀ, ਕਾਲੀਆਂ ਤੱਕ ਰਿਹਾ ਤਬਲ ਲੱਗਿਆ ਨਹੀਂ ਹੈਗਾ, ਅਦਰਵਾਈਜ਼ ਰਾਣੇ ਥੋੜੀ ਵਰਗੇ ਹੋਰ ਬੜੇ ਮਹਾਂਪੁਰਸ਼ ਜਿਹੜੇ ਹੈਗੇ, ਬੜੇ ਬੜੇ ਮਤਲਬ ਜਿਹੜੇ ਕਲਾਕਾਰ ਜਿਹੜੇ ਹੈਗੇ ਆ, ਜਿਹੜੇ ਸਿਆਸੀ ਕਲਾਕਾਰ ਜਿਹੜੇ ਹੈਗੇ, ਉਹਨਾਂ ਕੋਲ ਇਹਨਾਂ ਕੋਠੀਆਂ ਦੇ ਵਿੱਚ ਸੀਗਾ, ਅਤੇ ਉਹਨਾਂ ਨੇ ਤਾਂ ਪਹਿਲਾਂ ਹੀ ਇਹਨਾਂ ਨੂੰ ਸ਼ੀਸ਼ੇ ਦੇ ਸੰਗਮਰਮਰ ਚਮਕਾਈਆਂ ਹੋਈਆਂ ਕੋਠੀਆਂ ਸੀ। ਇਹਨਾਂ ਨੂੰ ਤਾਂ ਰੈਨੋਵੇਸ਼ਨ ਦੀ ਲੋੜ ਹੀ ਨਹੀਂ ਹੈਗੀ, ਘੱਟੋ ਘੱਟ 15-15-20-20 ਸਾਲ ਇੱਕ ਵਾਰੀ ਹੋ ਜਾਏ ਤਾਂ ਇੱਕ ਟਰੈਂਡ ਬਣ ਗਿਆ ਵੀ ਜਦੋਂ ਸਰਕਾਰ ਬਦਲਣੀ ਹੈ ਉਦੋਂ ਆ ਕੇ ਫਰਨੀਚਰ ਵੀ ਚੱਕਦੇ ਹੋ, ਆਹ ਵੀ ਹਰ ਚੀਜ਼, ਕਿਉਂਕਿ ਪੈਸਾ ਲੋਕਾਂ ਦਾ ਹੈਗਾ, ਤਾਂ ਇਹ ਮਤਲਬ ਹੀ ਨਹੀਂ ਹੈਗਾ, ਨਾ ਤਾਂ ਕਿਸੇ ਪ੍ਰੋਟੋਕੋਲ 'ਚ ਆਉਂਦਾ। ਹਾਂ, ਜਦੋਂ ਕਿਤੇ ਰਿਪੇਅਰ ਮੰਗਦੀ ਕੋਈ ਚੀਜ਼ ਉਹਨੂੰ ਰਿਪੇਅਰ ਕਰਨਾ ਤਾਂ ਬਣਦਾ ਹੀ ਹੁੰਦਾ, ਹੁਣ ਨਵੀਂ ਚੀਜ਼ ਨੂੰ ਤੋੜ ਕੇ ਉਹਨੂੰ ਕਹਿਣਾ ਨਵੇਂ ਟੈਲਾਂ ਨਵੀਂ ਲਾ ਦਿਓ ਸਾਰੀਆਂ ਜੀ, ਦੱਸੋ ਟੈਲਾਂ ਕੀ ਗੱਲ, ਉੱਥੇ ਪਹਿਲਾਂ ਕੀ ਸੀ, ਖਾਲੀ ਕੱਚਾ ਫਰਸ਼ ਸੀਗਾ, ਇਸ ਵੀ ਟੈਲਾਂ ਨਵੀਆਂ ਲਾ ਦਿਓ, ਜਾਂ ਜਿਹੜੀ ਜਿਹੜੀ ਚੀਜ਼ ਵੀ ਬਦਲੀ ਹੋ ਜਾਣ ਵਾਸਤੇ ਕਿਹਾ, ਉਹ ਆਲਰੇਡੀ ਪਹਿਲਾਂ ਹੀ ਪਿਛਲੀ ਸਰਕਾਰ ਦੇ ਵੇਲੇ ਜਿਹੜੇ ਇਹ ਕਾਂਗਰਸੀ ਆ ਉਹਨਾਂ ਵੱਲੋਂ ਨਵੀਆਂ ਲਵਾਈਆਂ ਗਈਆਂ, ਹੋ ਸਕਦਾ 2-4 ਸਾਲ ਪਹਿਲਾਂ ਹੀ ਲਵਾਈਆਂ ਹੋਣ, ਜਾਂ ਉਦੋਂ ਵੀ ਲੇਟ ਲਵਾਈਆਂ ਹੋਣ, ਕਿਉਂਕਿ ਚੱਲਦਾ ਰਹਿੰਦਾ ਮੂੰਹ ਹਿਲਾਉਣਾ ਇਹਨਾਂ ਨੇ, ਜੋ ਕਹਿਣਾ ਉਹ ਯੈਸਰ ਵਾਲੇ ਬੈਠੇ ਆ ਜਿਹੜੇ IAS ਅਫਸਰ ਸੈਕਟਰੀ ਵੱਡੇ ਜਿੱਥੇ ਕਿ ਮਾਰਦੇ ਜੀ ਸਰ ਲਓ ਜੀ ਹੋ ਗਿਆ ਜੀ, ਉਦੋਂ ਤਾਂ ਇਹਨਾਂ ਨੂੰ ਦਿਮਾਗ ਖਰਾਬ ਹੁੰਦੇ, ਉਹ ਤੈਨੂੰ ਪਤਾ ਲੱਗਦਾ ਜਦੋਂ ਇਹਨਾਂ ਦੀ ਗੱਲ ਨੂੰ ਇਹ ਨਹੀਂ ਦੱਸਿਆ ਜਾਂਦਾ ਵੀ ਇਹ ਤੁਸੀਂ ਇਹ ਨਹੀਂ ਕਰ ਸਕਦੇ। ਹਾਂ, ਜਦੋਂ ਕਰਪਸ਼ਨ ਦਾ ਮਾਮਲਾ ਆਉਂਦਾ, ਜਦੋਂ ਇਹਨਾਂ ਨੇ ਠੱਗੀਆਂ ਲਾਉਣੀਆਂ ਹੁੰਦੀਆਂ ਉਦੋਂ ਅਫਸਰ ਦੱਸ ਦਿੰਦੇ ਇਹਨਾਂ ਨੂੰ, ਜਦੋਂ ਉਹਨਾਂ ਨੂੂੰ ਆਪਦੀ ਕਿਤੇ ਫੀਸ ਘੱਟ ਮਿਲੀ ਹੋਵੇ ਜਾਂ ਉਹਨਾਂ ਦਾ ਆਪਣਾ ਇੰਟਰਸਟ ਘੱਟ ਹੋਵੇ, ਫਿਰ ਦੱਸ ਦਿੰਦੇ ਜੀ ਰੂਲ ਬੁੱਕ ਨਹੀਂ ਕਹਿੰਦੀ, ਇਸ ਤਰ੍ਹਾਂ ਆਪਾਂ ਕਰ ਨਹੀਂ ਸਕਦੇ, ਅਤੇ ਉਦੋਂ ਵੀ ਇਹ ਲੋਕ ਬਿਲਕੁਲ ਉਹਨਾਂ ਦੇ ਸਾਹਮਣੇ ਬੌਣੇ ਹੁੰਦੇ, ਕੁਛ ਕਹਿ ਨਹੀਂ ਸਕਦੇ, ਕਹਿੰਦੇ ਅੱਛਾ। ਮੈਨੂੰ ਅੱਜ ਤੱਕ ਯਾਦ ਹੈ, ਬੜੀ ਪੁਰਾਣੀ ਗੱਲ ਹੈ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਫੋਨ ਕੀਤਾ, ਠੀਕ ਹੈ, ਕਿਸੇ ਮੇਰੇ ਪਰਸਨਲ ਮਾਮਲੇ ਵਿੱਚ ਉਦੋਂ ਦੇ DGP ਪੂਰਨਚੰਦ ਡੋਗਰਾ ਨੂੰ, ਵੀ ਇਸ ਤਰ੍ਹਾਂ ਕਰਕੇ ਜੀ ਆਹ ਹੈਗਾ ਮੁੰਡਾ ਜੀ ਇਹਦਾ, ਇਸ ਤਰ੍ਹਾਂ ਆਹ ਦੇਖ ਲਿਆ ਜੀ, ਉਹਨੇ ਅੱਗੋਂ ਕਿਹਾ ਵੀ ਇਸ ਤਰ੍ਹਾਂ ਕਰਕੇ ਆਪਣੀ ਦੱਸੀ ਹੋਣੀ ਕੋਈ ਮਜਬੂਰੀ। ਅੱਛਾ ਜੀ, ਅੱਛਾ ਅੱਛਾ ਜੀ, ਤੁਹਾਡੇ 'ਤੇ ਗੱਲ ਆਉਂਦੀ ਫਿਰ ਤਾਂ ਰਹਿਣ ਦਿਓ ਜੀ। ਹਾਂ, ਮਤਲਬ ਆਹ ਇਹਨਾਂ ਦਾ ਇਹ ਹੈਗਾ ਕਿ ਇੱਕ CM, ਠੀਕ ਹੈ, ਇੱਕ ਆਪਣੇ ਨੌਕਰ ਨੂੰ ਕਹੇ, ਠੀਕ ਹੈ, ਅਤੇ ਫਿਰ ਅਗਲਾ ਉਹ ਆਪਣਾ ਦੱਸੇ ਅਤੇ ਫਿਰ ਉਹ ਕਹੇ ਠੀਕ ਹੈ ਜੀ। ਇੱਥੇ ਇਹਨਾਂ ਦੀ ਮਤਲਬ ਮੈਂ ਕਿੱਡੇ ਵੱਡੇ ਬੰਦੇ ਦੀ ਉਦਾਹਰਨ ਦੇ ਰਿਹਾ, ਔਰ ਬੜੀ ਪੁਰਾਣੀ ਗੱਲ ਕਰ ਰਿਹਾ, ਜੀ ਜੀ ਜੀ, ਮੈਂ 99 ਦੀਆਂ ਗੱਲਾਂ ਕਰਦਾ ਉਸ ਸਰਕਾਰ ਦੀਆਂ, ਠੀਕ ਹੈ, ਅਤੇ ਇਹਨਾਂ ਦਾ ਤਾਂ ਮਤਲਬ ਉਹ ਪੱਧਰ ਜਿਹੜਾ ਹੈਗਾ ਸਭ ਦਾ ਹੀ ਉਹ ਹੈ, ਅਫਸਰ ਜਿਹੜਾ ਹੈਗਾ, ਮੈਂ ਵਾਰ ਵਾਰ ਕਹਿੰਦਾ ਹੁੰਦਾ ਰਾਜ ਅਸਲ ਵਿੱਚ ਅਫਸਰ ਦਾ ਜੀ, ਬਿਊਰੋਕਰੇਟ ਦਾ, ਠੀਕ ਹੈ, ਉਹਦੇ ਵਿੱਚ ਜਿਹੜਾ ਸਿਵਲ ਦਾ ਅਫਸਰ ਹੈ IAS ਨੇ, ਉਹ ਸਭ ਤੋਂ ਵੱਡੇ ਹਾਵੀ ਨੇ। ਪੁਲਿਸ ਵਾਲਿਆਂ ਦਾ ਤਾਂ ਚਲੋ ਜਿਹੜੇ ਬਿਲਕੁਲ ਉੱਪਰ ਚਲੇ ਜਾਂਦੇ ਥੋੜ੍ਹੀ ਬਹੁਤ ਉਹ ਗੱਲ ਹੁੰਦੀ ਜਿਹੜੀ ਹੈਗੀ, ਅਦਰਵਾਈਜ਼ ਪੁਲਿਸ ਡਿਪਾਰਟਮੈਂਟ ਦਾ ਤਾਂ ਮੈਂ ਕਹਿੰਦਾ ਹੁੰਦਾ ਕਿ DSP ਤੋਂ ਲੈ ਕੇ ਥੱਲੇ ਜਿਹੜਾ ਪਾਰਟ ਹੈ ਇਹ ਤਾਂ ਜੰਮੇ ਜੁੱਤੀਆਂ ਖਾਣ ਵਾਸਤੇ ਹੈ, ਠੀਕ ਹੈ, ਇਹਨਾਂ ਨੇ ਤਾਂ ਗੁਲਾਮੀ ਦੀਆਂ ਜੁੱਤੀਆਂ ਤੋਂ ਇਲਾਵਾ ਹੋਰ ਕੁਛ ਨਹੀਂ ਪਾਣੀ ਪੀਣ ਵਾਸਤੇ ਇਹਨਾਂ ਨੂੰ, ਠੀਕ ਹੈ, ਬਾਕੀ ਇਸ ਤੋਂ ਉੱਪਰ ਜਿਹੜਾ ਹੈਗਾ ਉਹ ਇੱਕ ਡਿਫਰੈਂਟ ਗੁਲਾਮੀ ਹੈਗੀ ਹੈ DGP ਲੈਵਲ ਨੂੰ ਛੱਡ ਕੇ 2-4 ਉਹ ਲੋਕ, ਕਿਉਂਕਿ ਇਸ ਜਦੋਂ ਉਸ ਲੈਵਲ 'ਤੇ ਚਲੇ ਜਾਂਦੇ ਫਿਰ ਇਹਨਾਂ ਦੀਆਂ ਇੰਟਰਸਟ ਇਕੱਠੇ ਹੋ ਜਾਂਦੇ, ਨਹੀਂ ਤਾਂ ਇਸ ਮਹਿਕਮੇ ਵਿੱਚ ਕੱਢਣਾ ਪਾਉਣ ਨੂੰ ਆਮ ਬਿਊਰੋਕਰੇਟ ਦੇ ਮੁਕਾਬਲੇ 10 ਪੈਸੇ ਹੈ, 90 ਪੈਸੇ ਜਿਹੜਾ ਸਿਵਲ ਬਿਊਰੋਕਰੇਟ ਹੈ ਉਹ ਮਾਲਕ ਹੈ। ਟੋਟਲ ਲੱਗਦੇ ਵਿੱਚ ਮੈਂ ਅੱਗੇ ਵੀ ਆਪਣੀ ਗੱਲ ਹੁੰਦੀ ਹੈ ਕਿ ਮਤਲਬ ਜੇ ਕਰਪਸ਼ਨ ਵੀ ਲਾਈਏ ਤਾਂ 70-75 ਪੈਸਿਆਂ ਦੇ ਵਿੱਚ ਬਿਊਰੋਕਰੇਟ ਹੈਗਾ, ਜਾਂ ਪੋਲੀਟੀਸ਼ੀਅਨ ਤਾਂ 15-20 ਪੈਸਿਆਂ ਪਿੱਛੇ ਹੀ ਗੰਦ ਖਾ ਕੇ ਆਪਣਾ ਜਲੂਸ ਕਢਾਉਂਦੇ ਆ। ਉਦੋਂ ASI ਫੜ ਦਿੱਤਾ, ਮੰਨ ਲਓ ਕੋਈ ਜਿਵੇਂ ਹੁਣ ਬਲਕਾਰ ਸਿੱਧੂ ਨੇ ਇੱਕ ASI ਫੜਿਆ ਜਗਤਾਰ ਸਿੰਘ ਕਰਕੇ, ਆਹ ਕੱਲ੍ਹ ਦੀ ਗੱਲ ਹੈ, ਵੀ ਰਿਸ਼ਵਤ ਲੈਣ ਦਾ ਕਾਬੂ ਕਰ ਲਿਆ ਗਿਆ, ਇਹਨਾਂ ਨੂੰ ਨਸ਼ੇ ਵਾਲੇ ਕਿਉਂ ਨਹੀਂ ਕਾਬੂ ਆਉਂਦੇ ਪਏ? ਅੱਜ ਤੱਕ ਮੂਸੇ ਵਾਲੇ ਦੇ ਕਾਤਲ ਜਿਹੜੇ ਵੱਡੇ ਜਿਨ੍ਹਾਂ ਨੇ ਕਰਵਾਇਆ ਹੈ, ਜਿਹੜੇ ਮਾਸਟਰ ਮਾਈਂਡ ਮਗਰ ਸੀ, ਉਹ ਕਿਉਂ ਨਹੀਂ ਕਾਬੂ ਆਉਂਦੇ ਪਏ? ਸੋ ਸਵਾਲ ਹੈ, ਵੱਡੇ ਕਿਉਂ ਨਹੀਂ ਹੱਥ ਪੈ, ਕਿਉਂ ਨਹੀਂ ਰਿਹਾ, ਕਾਰਨ ਕੀ ਹੈ? ਛੋਟੇ ਛੋਟੇ ਕਿਉਂ ਫੜੇ ਜਾਂਦੇ? ਜਿੱਥੇ 1000 ਦੀ ਚੀਜ਼ ਮਹੂ ਸਾਹਿਬ ਕਰੋੜ 'ਚ ਵਿਕਦੀ ਹੋਵੇ, ਜਿੱਥੇ ਲਾਗਤ 1000 ਹੋਵੇ ਅਤੇ ਵਟਕ ਜਿਹੜੀ ਹੈ ਉਹ 1 ਕਰੋੜ ਰੁਪਇਆ ਹੋਵੇ, ਉਹ ਸੌਦੇ ਉਹ ਕੌਣ ਬੰਦ ਕਰੂਗਾ, ਉਹ ਧੰਦੇ ਕੌਣ ਬੰਦ ਕਰੂਗਾ? ਤਾਂ ਇਹ ਧੰਦਾ ਜਿਹੜਾ ਹੈਗਾ ਐਡੇ ਵੱਡੇ ਪ੍ਰੋਫਿਟ ਦਾ, ਕੀ ਕਹਿ ਸਕਦੇ ਹਾਂ ਵੀ ਜੋ ਪਿਛਲੀਆਂ ਸਰਕਾਰਾਂ ਵੇਲੇ ਕੰਮ ਚੱਲਦੇ ਪਏ ਸੀ ਵੀ ਉਹ ਹਿੱਸਾਪਤੀ ਜਿਹੜੀ ਹੈ ਉਹ ਜਾਂਦੀ ਹੋਵੇਗੀ, ਬਾਕੀ ਸਾਰਾ ਕੁਝ ਵੀ ਚੱਲਦਾ ਬਿਲਕੁਲ ਚੱਲ ਰਿਹਾ। ਤੁਸੀਂ ਇਹ ਦੱਸੋ ਵੀ ਉਸ ਤੋਂ ਬਾਅਦ ਮੈਂ ਤਾਂ ਹੀ ਨਾ, ਇਹੀ ਮੇਰਾ ਕੁਐਸਚਨ ਹੈ ਕਿ ਬਦਲਿਆ ਕੀ ਹੈਗਾ? ਹੁਣ ਜੇ ਕਹੋਗੇ ਬਿਕਰਮਜੀਤ ਮਜੀਠੀਆ ਜੇਲ 'ਚ ਤਾਂ ਇਹਨਾਂ ਨੂੰ ਥੋੜ੍ਹਾ ਦਿੱਤਾ ਹੋਇਆ, ਉਹ ਤਾਂ ਸੈਰ ਕਰਨ ਗਿਆ ਸੀ 5-7 ਦਿਨ ਵਾਸਤੇ, ਸਾਰੀ ਸੈਟਲਮੈਂਟ ਕਰਕੇ ਬਾਹਰ ਆ ਜਾਣਾ ਵੀ ਜਾਣਾ ਤਾਂ ਆਉਣਾ, ਉਹ ਗਾਂ ਹਾਲਾਤ ਇਹੋ ਜਿਹੇ ਬਣੇ ਆ ਕਿ ਉਹ ਜਿਹੜਾ ਹੈਗਾ ਉਹ ਕੰਮ ਲੰਬਾ ਹੋ ਗਿਆ, ਅਤੇ ਉਦੋਂ ਬਾਅਦ ਉਹਦੀ ਕੰਪਨੀ ਕਰਨ ਵਾਸਤੇ ਸਿੱਧੂ ਸਾਹਿਬ ਵੀ ਪਹੁੰਚ ਗਏ, ਹੋਰ ਵੀ ਬਥੇਰੇ ਪਹੁੰਚੇ ਹੋਏ ਆ। ਹੁਣ ਇੱਕ ਆਹ ਲਾ ਲਓ, ਇਹਨੂੰ ਸਾਡੇ ਇੱਥੇ ਲੋਕਲ ਮਿਨਿਸਟਰ ਆ ਉਹਨੂੰ ਕੋਈ ਨਹੀਂ ਫੜਿਆ ਜਾ ਰਿਹਾ, ਉਹਦੀਆਂ ਪਤਾ ਨਹੀਂ 18 ਜਿਹੜੀਆਂ ਇਨਕੁਆਰੀਆਂ ਤੇ ਇਹਨਾਂ ਨੇ ਕਹਿਤਾ ਸੀਗਾ ਕਿ ਜਿਹੜੇ ਉੱਥੇ ਹਾਈਕੋਰਟ ਦੱਸਦਾ ਵੀ 18 ਇਨਕੁਆਰੀਆਂ
ਇਹ ਤਾਂ ਉਸਦਾ ਵੀ ਪਿਓ ਸੀ ਨਾ, ਇਹ ਤਾਂ ਸਭ ਤੋਂ ਵੱਡਾ ਕਰਪਟ ਆਦਮੀ ਹੈ ਇਸ ਪਿਛਲੀ ਸਰਕਾਰ ਦਾ, ਭਾਰਤ ਭੂਸ਼ਣ ਆਸ਼ੂ, ਇਹ ਜਿਹੜਾ ਹੁਣ ਸੈਂਕੜੇ ਹਜ਼ਾਰਾਂ ਕਰੋੜਾਂ ਰੁਪਇਆ ਖਰਚ ਕੇ ਚੜੇ ਵਰਗਿਆਂ ਨੂੰ ਦੇ ਕੇ ਅਤੇ ਹੁਣ ਆਪਣੀ ਜਮਾਨਤ ਜਿਹੜੀ ਹੈਗੀ ਹੈ ਸਰਕਾਰ ਤੋਂ ਲਈ ਹੋਈ ਹੈ, ਹਾਈਕੋਰਟ ਨੇ ਕੋਈ ਇਹਨੂੰ ਰਾਹਤ ਨਹੀਂ ਦਿੱਤੀ, ਅੱਜ ਦੀ ਡੇਟ 'ਚ ਵੀ ਅਰੈਸਟ ਕੀਤਾ ਜਾ ਸਕਦਾ। ਨਹੀਂ ਤੁਸੀਂ ਕਿਵੇਂ ਦਾਵਾ ਕਰ ਸਕਦੇ ਹੋ ਵੀ ਚੜੇ ਨੂੰ ਰੁਪਈਆ ਦਿੱਤਾ ਆ? ਤਾਂ ਕੀ ਗੱਲ, ਹੋਰ ਕਿਵੇਂ ਹੋਇਆ ਜੀ? ਬੈਂਸ ਸਵਾ ਸਾਲ ਬਾਹਰ ਕਿਉਂ ਬਾਹਰ ਰਹੇ ਸੀਗੇ? ਇਹ ਤਾਂ ਸਿਮਟਮ ਤੋਂ ਬਿਮਾਰੀ ਦਾ ਪਤਾ ਲੱਗਦਾ ਹੁੰਦਾ ਕਿ ਹੁਣ ਚੱਡਾ ਇੱਥੇ ਬਾਹਰ ਆ ਕੇ ਖੜੂਗਾ ਚੌਂਕ ਦੇ ਵਿੱਚ, ਫਿਰ ਉਹ ਟੈਚੀ ਫੜੂਗਾ ਅਤੇ ਮੈਂ ਫੋਟੋ ਖਿੱਚ ਕੇ ਤੁਹਾਨੂੰ ਕਹੂੰਗਾ ਆਹ ਲੈ ਰਿਹਾ। ਇਹ ਜਿਹੜੇ ਰਿਜ਼ਲਟ ਹੀ ਦੱਸਦੇ ਆ ਜੀ ਚੈਨਲ 'ਤੇ ਚਲਾ ਰਿਹਾ ਜੀ, ਰਿਜ਼ਲਟ ਦੱਸਦੇ ਨਾ, ਰਿਜ਼ਲਟ ਕੀ ਹੈ? ਜਦੋਂ ਚੋਰ ਨੂੰ ਨਹੀਂ ਫੜਿਆ ਜਾ ਰਿਹਾ ਤਾਂ ਪੁਲਿਸ ਨਾਲ ਬੜੀ ਹੋਈ ਹੈ, ਸਿੱਧੀ ਗੱਲ ਹੈ। ਅਤੇ ਜੇ ਇਹਨਾਂ ਨੂੰ ਨਹੀਂ ਫੜਿਆ ਜਾ ਰਿਹਾ ਤਾਂ ਇਹਨਾਂ ਨੂੰ ਫੜਨ ਵਾਲੀ ਪੁਲਿਸ ਤਾਂ ਸਰਕਾਰ ਹੈ ਨਾ, ਤਾਂ ਸਰਕਾਰ ਇਹਦੀ ਵਿੱਚ ਬਿਲਕੁਲ ਲੱਡਾ ਹੈਗਾ, ਹੈਂਡ ਇਨ ਗਵਜ਼ ਆ, ਸਾਰਿਆਂ ਨਾਲ ਹੀ ਹੈਗਾ, ਮੋਟਾ ਪੈਸਾ ਖਾਧਾ ਜਾ ਰਿਹਾ। ਠੀਕ ਹੈ, ਆ ਰਾਮ ਨਾਮ ਬਾਲਾ ਸੁਬਰਮਨੀਅਮ ਚੇਅਰਮੈਨ ਜਿਹੜਾ ਹੈਗਾ ਇੱਥੋਂ ਦਾ ਇੰਪਰੂਵਮੈਂਟ ਟਰੱਸਟ ਦਾ, ਜਿਹੜਾ ਸੱਜੀ ਮਤਲਬ ਮੁੱਛਦਾ ਵਾਲ ਸੀ ਦਾ, ਜੋ ਕਰਪਸ਼ਨ ਟਰੱਸਟ ਦੀ ਜਾਂ ਸ਼ਹਿਰ ਨੂੰ ਜਿਹੜਾ ਇਹਨਾਂ ਨੇ ਕਬਜ਼ਿਆਂ 'ਚ ਲੁੱਟਿਆ, ਰਮਨ ਬਾਲਾ ਸੁਬਰਮਨੀਅਮ, ਉਹਦੇ ਖਿਲਾਫ਼ ਪਰਚਾ ਦਰਜ ਹੋਇਆ, ਉਹ ਵੀ ਭੱਜ ਗਿਆ। ਮੇਰੇ ਸੁਣ 'ਚ ਤਾਂ ਹੈਗਾ ਕਿ ਬਾਹਰ ਚਲਾ ਗਿਆ, ਕਿਉਂਕਿ ਉਹਨਾਂ ਦਾ ਫੜੇ ਜਾਣਾ ਫਿਰ ਆਸ਼ੂ ਵਰਗਿਆਂ ਦੀ ਸੰਗੀ ਨੂੰ ਹੋਰ ਘੁੱਟਦਾ। ਪਰ ਇਹਦੇ ਵਿੱਚ ਵੀ ਫਿਰ ਗਾਂ ਜਾ ਕੇ ਇਹਨੇ ਕੋਈ ਜੋ ਫਿਰ ਦੁਬਾਰਾ ਕਮਿਟਮੈਂਟ ਕੀਤੀ ਹੈ। ਔਰ ਇਹ ਚੀਜ਼ਾਂ ਤੁਹਾਨੂੰ ਮੈਂ ਦੱਸ ਦਿਆਂ ਬਾਬੂ ਸਾਹਿਬ, ਇਹ ਜਿਹੜੀ ਲੁੱਟ ਖੋਹ ਦਾ ਪੈਸਾ ਹੁੰਦਾ ਨਾ, ਇਹੋ ਜਿਹੀ ਵਿਰਲਾਂ 'ਚ ਵੜ ਜਾਂਦਾ, ਜਦੋਂ ਐਮਰਜੈਂਸੀ ਪੈਂਦੀ ਨਾ ਉਦੋਂ ਕੱਢਣਾ ਬਹੁਤ ਔਖਾ ਹੋ ਜਾਂਦਾ। ਮੇਰੀ ਤਾਂ ਜਾਣਕਾਰੀ ਇਹ ਵੀ ਹੈ ਕਿ 1.5 ਲੱਖ ਕਰੋੜ ਦੀ ਡਿਮਾਂਡ ਹੋਈ ਹੈ ਇਹਦੇ ਕੋਲੋਂ, ਵੀ 1.5 ਲੱਖ ਕਰੋੜ ਦਾ ਹਿਸਾਬ ਦਿਓ ਜੀ ਤੁਸੀਂ, ਕੱਟ ਕਟਾ ਕੇ ਬਾਕੀ 1.5 ਲੱਖ ਕਰੋੜ। ਜੀ ਜੀ, ਪੰਜਾਬ ਦੇ ਸਿਰ 'ਤੇ 2.5 ਲੱਖ ਕਰੋੜ ਦਾ ਕਰਜ਼ਾ ਹੈ, ਤਾਂ 1.5 ਲੱਖ ਕਰੋੜ ਦਾ ਇਹ ਤੋਂ ਇਕੱਲੇ ਤੋਂ ਮੰਗਿਆ ਗਿਆ, ਜੋ ਜਿਹੜੀਆਂ ਸਫਾਂ ਜਿਹੜੀਆਂ ਉੱਪਰਲੀਆਂ ਉੱਥੇ ਗੱਲ ਕਰ, ਕਿਉਂਕਿ ਕਰਪਸ਼ਨ ਹੈਗੀ ਸੀ। ਮੈਂ ਕਹਿੰਦਾ ਹੁੰਦਾ ਵੀ ਇਹਨੇ 4-5 ਲੱਖ ਕਰੋੜ ਦੀ ਕਰਪਸ਼ਨ ਕੀਤੀ ਹੈ ਇਕੱਲੇ ਆਸ਼ੂ ਨੇ, ਤਾਂ ਕੋਈ ਮੰਨਣ ਨੂੰ ਤਿਆਰ ਨਹੀਂ ਹੈਗਾ। ਹੁਣ ਫਿਗਰਸ ਹੈਗੀਆਂ, ਸਭ ਦੇ ਧਿਆਨ 'ਚ ਹੈਗਾ, ਕੁਛ ਚੀਜ਼ ਬੰਦੇ ਜਿਹੜੇ ਦੇਖਦੇ ਨੇ, 4-5 ਲੱਖ ਕਰੋੜ ਦੀ ਗੱਲ ਕਰ ਰਹੇ ਹੋ? ਜੀ ਹਾਂ ਜੀ ਹਾਂ, ਮੈਨੂੰ ਪਤਾ ਬਹੁਤ ਵੱਡੀ, ਤੁਹਾਨੂੰ ਵੀ ਹਜ਼ਮ ਨਹੀਂ ਆਉਣੀ, ਕਿਸੇ ਨੂੰ ਵੀ ਨਹੀਂ ਆਉਂਦੀ, ਪਰ ਸੱਚ ਜਿਹੜੇ ਹੁੰਦੇ ਇੰਨੇ ਕੌੜੇ ਹੈਗੇ ਆ, ਤਾਂ ਡੇਢ ਇਹਦੇ ਕੋਲੋਂ ਇੰਨੇ ਪੈਸੇ ਮੰਗੇ ਗਏ ਆ, ਤਾਂ ਉਹਦੇ ਪਿੱਛੇ ਰੀਜ਼ਨ ਹੈਗਾ। ਇਹ ਬਾਕੀ ਜਿਹੜੇ ਕਮੀ ਪੇਸ਼ੀ ਤਾਂ ਕਿਸੇ 'ਚ ਵੀ ਨਹੀਂ, ਘੱਟ ਤਾਂ ਕਿਸੇ ਨਹੀਂ ਕੀਤੀ, ਪਰ ਕਿਉਂਕਿ ਲੁਧਿਆਣਾ ਬਹੁਤ ਪੋਟੈਂਸ਼ੀਅਲ ਹੈ ਅਤੇ ਡਿਪਾਰਟਮੈਂਟ ਜਿਹੜਾ ਇਹਦੇ ਕੋਲ ਸੀ ਉਹ ਸਭ ਤੋਂ ਪੋਟੈਂਸ਼ੀਅਲ ਸੀਗਾ, ਦੋ ਗੱਲਾਂ ਕਰਕੇ ਸਭ ਤੋਂ ਅੱਗੇ ਟੱਪ ਗਿਆ ਕਰਪਸ਼ਨ ਦੇ ਵਿੱਚ, ਕਸਰ ਕਿਸੇ ਨੇ ਵੀ ਨਹੀਂ ਛੱਡੀ। ਨਹੀਂ, ਪਰ ਜੇ ਆਪਾਂ ਗੱਲ ਕਰੀਏ ਹੁਣ ਅਜੋਕੇ ਸਮੇਂ ਦੀ ਗੱਲ ਕਰੀਏ, ਭਗਵੰਤ ਮਾਨ ਸਰਕਾਰ ਵੇਲੇ LPU ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਮੁੱਦਾ ਬੜੇ ਵੱਡੇ ਪੱਧਰ ਦੇ ਉੱਪਰ ਸਾਹਮਣੇ ਆਇਆ ਹੈ ਵੀ ਉਹ ਵੀ ਕਬਜ਼ਿਆਂ ਦੀ ਜ਼ਮੀਨਾਂ ਜਿਹੜੀਆਂ ਨੇ ਉਹ ਦੱਪੀਆਂ ਗਈਆਂ, ਤੇ ਲੋਕਾਂ ਨੇ ਇੱਕਦਮ ਮਾਮਲਾ ਉਠਾ ਲਿਆ, ਕਹਿੰਦੇ ਭਗਵੰਤ ਮਾਨ ਜੀ ਤੁਸੀਂ ਤੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਛਡਾਉਂਦੇ ਹੋ, ਤੁਸੀਂ ਇਹ ਕਿਰਪਾ ਕਰਕੇ ਆਹੀ ਛਡਾ ਦਿਓ। ਲੋਕਾਂ ਨੇ ਵੀ ਨਹੀਂ ਉਠਾਇਆ, ਜਿਹੜਾ ਕਿ ਮੁੱਦੇ ਉਠਾਉਣ ਦੇ ਐਕਸਪਰਟ ਸਾਡੇ ਇੱਕ ਖਹਿਰਾ ਸਾਹਿਬ ਵੀ ਹੈਗੇ ਆ, ਉਹਨਾਂ ਨੇ ਹੁਣ ਤੱਕ ਦੀ ਰਾਜਨੀਤੀ ਮੁੱਦੇ ਉਠਾਉਣ ਦੀ ਕੀਤੀ, ਕਿਸੇ ਗੱਲ ਨੂੰ ਕੋਈ ਪਾਸੇ ਲਾਇਆ ਤਾਂ ਨਹੀਂ ਹੈ, ਅਤੇ ਉਹ ਉਹਨਾਂ ਨੇ ਵੀ ਚੱਕਿਆ ਹੈ। ਮੈਂ ਇਹਦੀ ਤਰੀਫ਼ ਵੀ ਕਰ ਦਿੰਦਾ ਹੁੰਦਾ, ਮੈਂ ਜ਼ਰੂਰਤ ਨਹੀਂ, ਮੇਰੀ ਕਿਹੜਾ ਉਹਦੇ ਨਾਲ ਕੋਈ ਵੱਟ ਦੀ ਲੜਾਈ ਹੈ ਖਹਿਰੇ ਨਾਲ, ਜਿਹੜੀ ਗੱਲ ਸੱਚੀ ਆ ਉਹ ਮੈਂ ਕਹਿ ਦਿੰਦਾ, ਕਈ ਵਾਰੀ ਉਹਨਾਂ ਨੂੰ ਨਹੀਂ ਚੰਗੀ ਲੱਗਦੀ, ਉਹ ਅਲੱਗ ਗੱਲ ਹੈਗੀ ਹੈ, ਜਿਹੜੀ ਗੱਲ ਚੰਗੀ ਹੈ ਚੰਗੀ ਕਹੂਗਾ, ਉਹਨੇ ਵੀ ਮੁੱਦਾ ਚੱਕਿਆ, ਧੰਦਾ ਉਹਦਾ ਮੁੱਦੇ ਚੱਕਣਾ ਹੀ ਹੈ, ਇਹ ਦੁਕਾਨ ਨਹੀਂ ਤੁਰਦੇ ਉਹ, ਪਰ ਚੱਕਿਆ ਤਾਂ ਹੈ ਨਾ। ਮੈਂ ਵੀ ਮੁੱਦਾ ਚੱਕਦਾ, ਮੈਂ ਵੀ ਕਹਿੰਦਾ ਇਹ ਬਿਲਕੁਲ ਉੱਥੇ ਜਿਹੜਾ ਇੰਨੇ ਕਬਜ਼ੇ ਨਜਾਇਜ਼ ਹੈਗੇ, ਪਰ ਕਿਵੇਂ ਛਡਾਉਣਗੇ ਇਹ? ਉਹਨਾਂ ਲੋਕਾਂ ਨੂੰ ਤਾਂ ਤੁਸੀਂ ਪੈਸੇ ਲੈ ਕੇ ਤੁਹਾਨੂੰ ਰਾਜ ਸਭਾ 'ਚ ਭੇਜਿਆ ਹੋਇਆ, ਅਤੇ ਉਹ ਕਿਸ ਤਰ੍ਹਾਂ ਉਹ ਉਹਨਾਂ ਦੇ ਜਿਹੜਾ ਸਾਡਾ ਇੱਥੇ ਲੋਕਲ ਹੈ ਸੰਜੀਵ ਅਰੋੜਾ, ਠੀਕ ਹੈ, ਉਹਦਾ ਕਿਰਦਾਰ ਬਾਰੇ ਤਾਂ ਅੱਗੇ ਵੀ ਬਹੁਤ ਵਾਰੀ ਗੱਲ ਕਰ ਰਹੇ ਹਾਂ, ਅਤੇ ਜਿਹੜੇ ਵੀ ਹੁਣ ਸੌਦੇਬਾਜ਼ੀ ਧੰਦਾ ਹੋ ਜਿਹੜਾ ਇਹਨਾਂ ਦਾ ਆਪਸ ਜਿਹੜੀ ਬਾਰਗੇਨਿੰਗ ਹੋ ਰਹੀ ਹੈ ਉਹਦੇ ਵਿੱਚ ਉਹ ਬੈਠਦਾ, ਆਸ਼ੂ ਦੇ ਜਿਹੜੀ ਵੀ ਗੱਲਬਾਤ ਚੜੇ ਤੱਕ ਕਰਨੀ ਹੈ, ਤਾਂ ਉਹਦੇ ਵਿਚਾਲੜਾ ਬੰਦਾ ਉਹ ਹੈ। ਇੱਕ ਹਿੰਮਤ ਗੁਪਤਾ, ਹਿੰਮਤ ਗੁਪਤਾ ਜਿਹੜਾ ਹੈਗਾ ਹਿੰਮਤ ਸੂਦ ਡਾਟ ਹਿੰਮਤ ਗੁਪਤਾ ਹਿੰਮਤ ਸੂਦ, ਉਹ ਲੋਕ ਇਹ ਜੇ ਕਿ ਜਿਹੜੇ ਕਿ ਇਹਨਾਂ ਪੋਲੀਟੀਸ਼ਨ ਦੇ ਸਿਰ 'ਤੇ ਪੋਲੀਟੀਸ਼ਨਾਂ ਦੇ ਸਿਰ 'ਤੇ ਵਪਾਰ ਕਰਦੇ ਵੱਡੇ ਵੱਡੇ ਹਜ਼ਾਰਾਂ ਕਰੋੜਾਂ ਦੇ, ਜੋ ਸਾਰਾ ਪੈਸਾ ਇਹਦਾ ਡਬਈ ਡਬੂਈ ਹਿੰਮਤ ਸੂਦ ਦੇ ਥਰੂ ਗਿਆ ਹੋਇਆ। ਅੱਜ ਕੱਲ੍ਹ ਉਹਨੇ ਉਹਨੂੰ ਖਸਮ ਬਣਾ ਲਿਆ ਸੰਜੀਵ ਅਰੋੜੇ ਨੂੰ, ਪੈਸੇ ਕੋਈ ਕਹਿੰਦੇ ਆਸ਼ੂ ਦੇ ਦੇ ਤਾਂ ਹਿੰਮਤ ਸੂਦ ਕੋਲ ਗਿਆ, ਪੈਸਿਆਂ ਦੀ ਕਮੀ ਹੈਗੀ ਹੈ, ਤਾਂ ਇਹ ਇਹਨਾਂ ਨੇ ਇਹ ਲੁੱਟ ਖੋਹ ਦੇ ਪੈਸੇ ਕਰਕੇ ਇਹਨਾਂ ਨੂੰ ਅਨਿਆਂ ਕਰਕੇ, ਜਿਵੇਂ ਕਹਿੰਦੇ ਬਗਲੇ ਦੇ ਸਿਰ 'ਤੇ ਮੋਮਬੱਤੀ ਜਗਾਈ ਹੋਈ ਹੈ, ਅਤੇ ਗਾਂ ਅਗਲੀ ਜਿਹੜਾ ਲੈਣ ਦੇਣ ਹੈ ਇਹ ਲੋਕਾਂ ਦੇ, ਇਹ ਤਾਂ ਦਲਾਲੀ ਕਰ ਰਹੇ, ਇਹਨਾਂ ਤੋਂ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਸਕਦੇ ਵੀ ਇਹ ਗੱਲ ਕੋਈ ਪੰਜਾਬ ਦੀ ਗੱਲ ਕਰਨਗੇ? ਇਹ ਤਾਂ ਜਦੋਂ ਕੇਜਰੀਵਾਲ ਨੂੰ ਸਿੰਗਾਪੁਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ, ਉਦੋਂ ਤਾਂ ਉਹਨਾਂ ਨੇ ਮੁੱਦਾ ਚੱਕਿਆ ਸੀ, ਹਰ ਇੱਕ ਪੰਜਾਬ ਦੇ ਬਾਰੇ ਸੁਣਿਆ ਕੁਛ।